ਜ਼ਮੀਨ ਤੇ ਮਾੜਕੂ ਜਿਹਾ ਚੋਰ ਅਤੇ ਮੇਜ਼ ਤੇ ਦਰਜਨ ਕੁ ਭਾਂਡੇ ਸਜਾ ਕੇ ਹਿੱਕਾ ਤਾਣ ਕੇ ਖੜੇ ਇਹ ਪੁਲਿਸ ਵਾਲੇ ਇਸ ਵੇਲੇ ਖੂਬ ਚਰਚਾ 'ਚ ਆਏ ਹੋਏ ਨੇ। ਇਹ ਗੁਰਦਾਸਪੁਰ ਦਾ ਸਿਟੀ ਥਾਣਾ ਹੈ, ਜਿਸ ਬਾਰੇ ਲੋਕ ਅਕਸਰ ਸ਼ਿਕਾਇਤ ਕਰਦੇ ਨੇ ਕਿ ਜਦੋਂ ਉਹ ਪੁਲਿਸ ਸਟੇਸ਼ਨ ਜਾਂਦੇ ਨੇ ਤਾਂ ਇਹੋ ਪੁਲਿਸ ਵਾਲੇ ਉਹਨਾਂ ਨੂੰ ਇਹ ਕਹਿ ਕੇ ਵਾਪਸ ਮੋੜ ਦਿੰਦੇ ਨੇ ਕਿ ਸਾਡੇ ਕੋਲ ਤੁਹਾਡੀ ਗੱਲ ਸੁਣਨ ਦਾ ਸਮਾਂ ਨਹੀਂ, ਕੱਲ੍ਹ ਆਉਣਾ, ਅਤੇ ਕਈਆਂ ਨੂੰ ਉਹ ਕੱਲ੍ਹ ਉਡੀਕਦਿਆਂ ਸਾਲ ਲੰਘ ਜਾਂਦੇ ਨੇ। ਉਸ ਤੋਂ ਉੱਤੇ ਜੇਕਰ ਸ਼ਹਿਰ 'ਚ ਕੋਈ ਵਾਰਦਾਤ ਹੋ ਜਾਵੇ ਤਾਂ ਸ਼ਾਇਦ ਹੀ ਕੋਈ ਮੌਕਾ ਅਜਿਹਾ ਹੋਏਗਾ ਜਿੱਥੇ ਇਹ ਪੁਲਿਸ ਵਿਭਾਗ ਦੇ ਮੁਲਾਜ਼ਮ ਵੇਲੇ ਸਿਰ ਪਹੁੰਚਦੇ ਹੋਣ। ਪਰ ਹੁਣ ਇਹ ਪੁਲਿਸ ਥਾਣਾ ਇੱਕ ਵਾਰ ਫਿਰ ਉਸ ਵੇਲੇ ਸੁਰਖੀਆਂ 'ਚ ਆ ਗਿਆ ਜਦੋਂ ਥਾਣੇਦਾਰ ਨੇ ਸ਼ਹਿਰ ਦੇ ਪੱਤਰਕਾਰਾਂ ਨੂੰ ਇਹ ਕਹਿ ਕੇ ਫੋਨ ਕੀਤਾ ਕਿ ਉਹਨਾਂ ਦੀ ਟੀਮ ਨੇ ਇੱਕ ਵੱਡਾ ਅਪਰਾਧੀ ਫੜਿਆ। ਪਰ ਜਦੋਂ ਮੌਕੇ ਤੇ ਜਾ ਕੇ ਦੇਖਿਆ ਤਾਂ ਇੱਕ ਵਾਰ ਤਾਂ ਪੱਤਰਕਾਰਾਂ ਦਾ ਵੀ ਹਾਸਾ ਨਿਕਲ ਗਿਆ, ਕਿਉਂਕਿ ਚੋਰ ਤੋਂ ਜੋ ਸਮਾਨ ਫੜਿਆ ਸੀ ਉਸ ਨੂੰ ਬੜੇ ਹੀ ਸ਼ਾਨ ਨਾਲ ਮੇਜ਼ ਤੇ ਟਿਕਾ ਕੇ ਰੱਖਿਆ ਗਿਆ ਸੀ, ਤੇ ਮਾੜਕੂ ਜਿਹਾ ਚੋਰ ਪੈਰਾਂ ਭਾਰ ਪੁੰਜੇ ਬਿਠਾ ਕੇ ਸਾਰਾ ਥਾਣਾ ਇੱਕ ਦੂਜੇ ਨੂੰ ਸ਼ਾਬਾਸ਼ੀ ਦਿੰਦਾ ਐਵੇਂ ਤਸਵੀਰਾਂ ਖਿਚਵਾਉਣ ਲੱਗਿਆ ਜਿਵੇਂ ਕੋਈ ਵੱਡਾ ਗੈਂਗਸਟਰ ਜਾਂ ਮੁਜਰਿਮ ਕਾਬੂ ਕੀਤਾ ਹੋਵੇ। ਇਹ ਜੀ ਪਲਵਿੰਦਰ ਸਿੰਘ ਸਨ, ਸੁਰਜੀਤ ਸਿੰਘ ਵਾਸੀ ਮਾੜੀ ਪਨਵਾ ਹਾਲ, ਜਿਹੜਾ ਨਾ 7 ਨੰਬਰ ਸਕੀਮ ਆ, ਉੱਥੇ ਇਹਨਾਂ ਫਲੈਟ ਲਿਆ ਵਾ। ਇਹ ਮੀਆਂ ਬੀਬੀ ਸਿਵਲ ਸਰਵਿਸ ਕਰਦੇ ਆ ਪ੍ਰਾਈਵੇਟ। ਇਹ ਉੱਥੇ ਇਹਨਾਂ ਦੇ ਫਲੈਟ ਦੇ ਸਾਹਮਣੇ ਇੱਕ ਫਲੈਟ ਵਾ, ਉੱਥੇ ਕਾਫੀ ਫਲੈਟ ਆ। ਜਿਹੜਾ ਇਹਨਾਂ ਫਲੈਟ 5-7-10 ਦਿਨ ਪਹਿਲੇ ਗਏ ਫਲੈਟ ਬੰਦ ਕਰਕੇ, ਜਦੋਂ ਇਹ ਆਏ ਤਾਂ ਇਹਨਾਂ ਨੇ ਵੇਖਿਆ ਵੀ ਇਹਨਾਂ ਦੇ ਘਰ ਦਾ ਰਸੋਈ ਦਾ ਹੋਰ ਸਮਾਨ ਜਿਹੜਾ ਵਾ ਉਹ ਸਾਰਾ ਚੋਰੀ ਹੋਇਆ। ਇਹ ਸਾਡੇ ਕੋਲ ਆਏ ਤਾਂ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਵੀ ਇੱਦਾਂ ਸਾਨੂੰ ਸ਼ੱਕ ਵਾ ਵੀ ਜਿਹੜਾ ਸਾਡਾ ਇਹ ਆਪਣਾ ਚੋਰੀ ਕੀਤੀ ਆ, ਮਨਦੀਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਹਮਰਾਜਪੁਰ ਥਾਣਾ ਸਦਰ ਗੁਰਦਾਸਪੁਰ, ਜਿਹੜਾ ਕਿ ਉੱਥੇ ਲਾਗੇ ਇਹਨਾਂ ਦੇ ਕੁਆਟਰ ਆਪਣੇ ਫਲੈਟ 'ਚ ਰਹਿੰਦਾ, ਉਹਨੇ ਕੀਤੀ ਆ। ਅਸੀਂ ਮੁਕੱਦਮਾ ਦਰਜ ਕਰਕੇ ਅਤੇ ਤਫਤੀਸ਼ ਅਮਲ 'ਚ ਲਿਆਂਦੀ, ਅਤੇ ਜਿਹੜਾ ਇਹਨੂੰ ਭਾਈ ਲਾਲੋ ਚੌਂਕ ਤੋਂ ਆ, ਜਿਹੜਾ ਚੋਰੀ ਦਾ ਸਮਾਨ ਜਿਹ 'ਚ ਸਿਲੰਡਰ ਸੀਗਾ, ਨਾਲ ਇਹਦੇ ਕੁੱਕਰ ਸੀਗੇ, ਨਾਲ ਉਹ ਹੋਰ ਤਰਿਮਚੀਆਂ ਕੜਾਈਆਂ ਵਗੈਰਾ ਜੋ ਵੀ ਇਹਨਾਂ ਨਾਲ ਰਸੋਈ ਦਾ ਉਹਦਾ ਕੋਈ ਸਮਾਨ ਨਹੀਂ, ਜਾਂ ਉਹਨਾਂ ਦੇ ਬਿਸਤਰਿਆਂ ਦੇ ਵਿੱਚ ਵੀ ਜਿਹੜਾ ਕੋਈ ਭਾਂਡੇ ਪਏ ਸਾਰੇ ਲੈ ਗਏ, ਉਹ ਸਾਰੇ ਬਰਾਮਦ ਕਰ ਲਏ। ਜੁਰਮ ਤਾਂ ਭਾਵੇਂ ਜੁਰਮ ਹੈ, 1 ਰੁਪਈਏ ਦੀ ਚੋਰੀ ਦਾ ਹੋਵੇ ਜਾਂ ਭਾਂਡਿਆਂ ਦਾ, ਪਰ ਇੰਨੇ ਛੋਟੇ ਛੋਟੇ ਮਾਮਲਿਆਂ 'ਤੇ ਥਾਣਿਆਂ 'ਚ ਪੱਤਰਕਾਰ ਬੁਲਾ ਲੈਣੇ ਅਤੇ ਫਿਰ ਤਸਵੀਰਾਂ ਦੇ ਚਾਅ 'ਚ ਫਜ਼ੀਹਤ ਕਰਵਾਉਣੀ DGP ਦੇ ਉਸ ਬਿਆਨ ਦੇ ਬਿਲਕੁਲ ਉਲਟ ਜਾਂਦਾ ਹੈ, ਜਿਸ 'ਚ ਵਾਰ ਵਾਰ ਉਹ ਥਾਣਿਆਂ 'ਚ ਕੰਮ ਦੇ ਓਵਰਲੋਡ ਦੀ ਗੱਲ ਕਰਦੇ ਨੇ। ਹਕੀਕਤ TV ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ।